ओ की गल सजना, बड़ा उदास बैठे। जे गुस्सा ना करें ता एक गल पुछा, ओ आ केड़ा चन्न चाड़ के आ गया तू नानके? देखण नूं ता यार चंगे घरों लगदा। यार सियाणे सच्चे कहंदे ने भाई, 100 दिन चोर दा ते 1 दिन साध दा। यार मेरा तो काम बहुत बढ़िया चलता से। Hi, my name is Sharan Kaur. I am from Chandigarh. I am 23 year old and these are my profiles. I like acting, dance, modeling. ते मैं बहुत ही successful पंजाबी actress बनना चाहनी हूँ। Very nice. Thank you, sir. ਤੁਸੀਂ ਆਪਣਾ ਐਕਸਪੀਰੀਅੰਸ ਨਹੀਂ ਮੈਂਸ਼ਨ ਕੀਤਾ ਵਿੱਚ। ਐਕਚੁਅਲੀ ਸਰ ਮੈਂ ਕਈ ਪੰਜਾਬੀ ਮੂਵੀਜ਼ ਤੇ 뮤직 ਵੀਡੀਓ 'ਚ ਵੀ ਕੰਮ ਕੀਤਾ ਹੈ। ਓਕੇ, ਗੁੱਡ। ਦੇਖੋ ਸ਼ਰਨ ਜੀ, ਆਪਣੀ ਕਾਸਟਿੰਗ ਏਜੰਸੀ ਵਿੱਚ ਅਲੱਗ-ਅਲੱਗ ਫਿਲਮ ਦੀ ਕਾਸਟਿੰਗ ਰਿਕੁਆਇਰਮੈਂਟ ਆਉਂਦੀ ਰਹਿੰਦੀ ਹੈ। ਹੁਣ ਵੀ ਇੱਕ ਪੰਜਾਬੀ ਫਿਲਮ ਦੀ ਰਿਕੁਆਇਰਮੈਂਟ ਆਈ ਹੋਈ ਆ। ਹਾਂਜੀ ਹਾਂਜੀ। ਤੇ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਤੁਹਾਡੀ ਪ੍ਰੋਫਾਈਲ ਡਾਇਰੈਕਟਰ ਸਾਹਿਬ ਨੂੰ ਬਿਲਕੁਲ ਪਸੰਦ ਆਊਗੀ। ਥੈਂਕ ਯੂ ਸਰ। ਬਾਕੀ ਤੁਹਾਨੂੰ ਰੂਲਸ ਦਾ ਤਾਂ ਪਤਾ ਹੀ ਹੋਣਾ ਕਿ ਤੁਹਾਡੇ ਕੰਮ ਦੀ ਪੇਮੈਂਟ ਦਾ 70% ਤੁਹਾਡਾ ਤੇ 30% ਸਾਡਾ। ਜੇ ਤੁਸੀਂ ਕਹੋ ਤਾਂ ਮੈਂ ਗੱਲ ਕਰ ਲੈਣਾ। ਹਾਂਜੀ ਹਾਂਜੀ ਸਰ, ਨੋ ਪ੍ਰੋਬਲਮ, ਤੁਸੀਂ ਗੱਲ ਕਰ ਲਓ। ਓਕੇ। ਹੈਲੋ। ਹਾਂਜੀ ਸਰ, ਨਮਸਤੇ ਜੀ। ਹਾਂਜੀ ਸਰ, ਮੇਰੇ ਕੋਲ ਇੱਕ ਵਧੀਆ ਆਰਟਿਸਟ ਦੀ ਪ੍ਰੋਫਾਈਲ ਆਈ ਹੋਈ ਹੈ ਜੀ। ਹਾਂਜੀ ਹਾਂ, ਮੇਰੇ ਅਕੋਰਡਿੰਗ ਉਹ ਤੁਹਾਡੇ ਕਰੈਕਟਰ ਨੂੰ ਬਿਲਕੁਲ ਸੂਟ ਕਰਦੀ ਆ। ਹਾਂਜੀ ਹਾਂ, ਬਾਕੀ ਤੁਸੀਂ ਮਿਲ ਕੇ ਦੇਖ ਲਵੋ। ਓਕੇ, ਥੈਂਕ ਯੂ ਸਰ। ਓਕੇ ਜੀ, ਲਓ ਜੀ ਸ਼ਰਨ ਜੀ, ਤੁਹਾਡੇ ਤਾਂ ਭਾਅ ਖੁੱਲ ਗਏ, ਡਾਇਰੈਕਟਰ ਸਾਹਿਬ ਨੇ ਮੁਲਾਕਾਤ ਲਈ ਬੁਲਾਇਆ। ਅਗਰ ਤੁਸੀਂ ਫ੍ਰੀ ਹੋ ਤਾਂ। ਹਾਂਜੀ ਹਾਂਜੀ ਸਰ, ਮੈਂ ਤਾਂ ਫ੍ਰੀ ਹਾਂ। ਚਲੋ ਫਿਰ, ਉਹਨਾਂ ਦਾ ਲੋਕਲੇ ਸ਼ੂਟ ਚੱਲ ਰਿਹਾ ਸੌਂਗ ਦਾ, ਆਪਾਂ ਉੱਥੇ ਜਾ ਕੇ ਮਿਲ ਆਉਂਦੇ ਹਾਂ। ਓਕੇ ਸਰ। ਲਾਈਟ ਜਲਦੀ ਕਰੋ ਯਾਰ, ਕਿਆ ਕਰ ਰਹੇ ਹੋ? ਅਸਿਸਟੈਂਟ ਲੈਸ ਦੇਣਾ, ਮੇਕਅਪ ਡਨ ਹੋ ਗਿਆ, ਬਸ 5 ਮਿੰਟ। ਅਰੇ ਕਿਆ ਯਾਰ, ਸੈਟਿੰਗ ਇਹ ਟੇਬਲ ਥੋੜਾ ਅੰਦਰ ਕਰੋ, ਇਹ ਬਸ। ਓਕੇ ਡਨ। ਹੈਲੋ ਸਰ। ਅਬੇ ਰੁਕਣਾ ਯਾਰ, ਅਰੇ ਡੀਓਪੀ ਯਾਰ ਲੈਂਸ ਚੇਂਜ ਕਰ। ਓ ਵਿਕਰਮ ਜੀ, ਅਰੇ ਕੈਸੇ ਹੋ ਯਾਰ? ਬੜੀ, ਆਪ ਬਤਾਈਏ। ਬਹੁਤ ਬੜੀਆ ਸਰ, ਇਹ ਨੇ ਸ਼ਰਨ ਕੌਰ ਜਿਨ੍ਹਾਂ ਦਾ ਆਡੀਸ਼ਨ ਮੈਂ ਤੁਹਾਨੂੰ ਵਟਸਐਪ ਕੀਤਾ ਸੀ। ਲੁੱਕ ਤਾਂ ਅੱਛੀ ਹੈ, ਤੁਸੀਂ 2 ਮਿੰਟ ਲਈ ਬੈਠੋ, ਮੈਂ ਇਹਨਾਂ ਦੇ ਕਰੈਕਟਰ ਦੇ ਅਕੋਰਡਿੰਗ ਆਡੀਸ਼ਨ ਲੈ ਲਾ। ਕੋਈ ਗੱਲ ਨਹੀਂ, ਤੁਸੀਂ ਇਹਨਾਂ ਨੂੰ 뮤직 ਸਟੂਡੀਓ ਭੇਜ ਦਿਓ। ਓਕੇ ਸਰ, ਆ ਜਾਓ। 2 ਆਡੀਸ਼ਨ, ਬੈਸਟ ਆਫ ਲੱਕ। ਥੈਂਕ ਯੂ। ਮੇ ਆਈ ਕਮ ਇਨ ਸਰ? ਓ ਯੈਸ, ਆਓ ਬੈਠੋ। ਨਾਮ ਕੀ ਹੈ ਤੁਹਾਡਾ? ਸਰ ਸ਼ਰਨ ਕੌਰ। ਸ਼ਰਨਜੀਤ ਜੀ, ਸਾਡੀ ਫਿਲਮ ਵਿੱਚ ਸੈਕਿੰਡ ਲੀਡ ਐਕਟਰਸ ਦੀ ਲੋੜ ਹੈ। ਕਰੈਕਟਰ ਥੋੜਾ ਬੋਲਡ ਟਾਈਪ ਹੈ, ਤੁਹਾਨੂੰ ਇਹੋ ਜਿਹਾ ਕਰੈਕਟਰ ਕਰਨ ਵਿੱਚ ਕੋਈ ਦਿੱਕਤ ਤੇ ਨਹੀਂ? ਨਹੀਂ ਸਰ, ਰੋਲ ਤਾਂ ਰੋਲ ਹੁੰਦਾ ਹੈ, ਭਾਵੇਂ ਉਹ ਬੋਲਡ ਹੋਵੇ ਜਾਂ ਸਿੰਪਲ, ਐਕਟਰ ਤਾਂ ਹਰ ਰੋਲ ਕਰਨ ਲਈ ਤਿਆਰ ਹੁੰਦਾ ਹੈ। ਮੈਂ ਆਪਣਾ ਬੈਸਟ ਦੇਵਾਂਗੀ ਸਰ। ਵੈਰੀ ਗੁੱਡ। ਤਾਂ ਸ਼ਰਨਜੀਤ ਜੀ, ਮੰਨ ਲਓ ਤੁਸੀਂ ਕੋਠੇ ਵਾਲੀ ਦਾ ਕਰੈਕਟਰ ਪਲੇ ਕਰ ਰਹੇ ਹੋ, ਤਾਂ ਤੁਸੀਂ ਆਪਣੇ ਕਸਟਮਰ ਨੂੰ ਆਪਣੀ ਤਰਫ ਕਿਵੇਂ ਅਟਰੈਕਟ ਕਰੋਗੇ? ਆ ਜਾਓ ਜਰਾ ਕਰਕੇ ਦਿਖਾਓ। ਓਨਲੀ ਐਕਸ਼ਨ, ਵਿਦਆਊਟ ਇਨ ਡਾਇਲੋਗ, ਕਮ ਔਨ। ਵੈਰੀ ਗੁੱਡ, ਥੈਂਕ ਯੂ, ਪਰਫੈਕਟ। ਅੱਛਾ, ਇਹ ਸੂਟ ਉਤਾਰ ਕੇ ਆਪਣਾ ਬਿਕਨੀ ਲੁੱਕ ਟੈਸਟ ਦਿਓ। ਵਾਟ ਸਰ? ਕਰੈਕਟਰ ਦੇ ਅਕੋਰਡਿੰਗ ਲੁੱਕ ਟੈਸਟ ਕਰਨੀ ਹੈ ਨਾ, ਇਸ ਲਈ ਬੋਲ ਰਹੇ। ਸੌਰੀ ਸਰ, ਤੁਸੀਂ ਕੈਮਰੇ ਦੇ ਸਾਹਮਣੇ ਜੋ ਕਹੋਗੇ ਉਹ ਸ਼ਾਟ ਦੇ ਦਿਆਂਗੇ, ਪਰ ਪ੍ਰਾਈਵੇਟ 'ਚ ਮੈਂ ਇਹ ਸਭ ਨਹੀਂ ਕਰ ਸਕਦੀ। ਓਕੇ, ਥੈਂਕ ਯੂ, ਤੁਸੀਂ ਜਾ ਸਕਦੇ ਹੋ ਤੇ ਬਾਹਰੋਂ ਵਿਕਰਮ ਨੂੰ ਅੰਦਰ ਭੇਜ ਦਿਓ। ਜੀ ਸਰ।
ਓ ਸ਼ਰਨ ਜੀ, ਹੋ ਗਿਆ ਆਡੀਸ਼ਨ ਫਿਰ? ਹਾਂਜੀ ਸਰ, ਸਰ ਨੇ ਤੁਹਾਨੂੰ ਅੰਦਰ ਬੁਲਾਇਆ। ਮੈਨੂੰ? ਹਾਂਜੀ। ਚਲੋ ਫਿਰ। ਓ ਮਹਾਰਾਜ ਜੀ, ਤੁਸੀਂ ਤਾਂ ਆਰਟਿਸਟ ਨੂੰ ਮੇਰੇ ਕੋਲੋਂ ਕੱਲੇ ਹੀ ਅੰਦਰ ਲਿਆਏ। ਮੈਨੂੰ ਤਾਂ ਭਾਈ ਟੈਨਸ਼ਨ ਲੱਗੀ ਪਈ ਸੀ ਕਿਤੇ ਮੇਰੀ ਪੇਮੈਂਟ ਕੀਤੇ ਬਿਨਾਂ ਇੰਜੋਏ ਨਾ ਕਰ ਲਓ। ਓਏ ਕਾਹਦਾ ਇੰਜੋਏ, ਅਗਲੀ ਕਹਿੰਦੀ ਸੈੱਟ ਤੇ ਭਾਵੇਂ ਮੇਰੀ ਜਾਨ ਲੈ ਲਿਓ, ਪਰ ਮੈਂ ਪ੍ਰਾਈਵੇਟ 'ਚ ਕੁਝ ਨਹੀਂ ਕਰ ਸਕਦੀ। ਅੱਛਾ, ਤੈਨੂੰ ਕਿੰਨੀ ਵਾਰੀ ਕਿਹਾ ਵਿਕਰਮ ਕਿ ਜਦੋਂ ਵੀ ਕੋਈ ਕੁੜੀ ਲੈ ਕੇ ਆਵੇ ਉਹਦੇ ਨਾਲ ਗੱਲ ਕਰਕੇ ਲੈ ਕੇ ਆਇਆ ਕਰ, ਮੂਡ ਖਰਾਬ ਕਰਕੇ ਰੱਖਦਾ। ਅੱਛਾ, ਐਡੀ ਗੱਲ ਹੋ ਗਈ। ਚੱਲ ਕੋਈ, ਮੈਨੂੰ ਇੱਕ ਦਿਨ ਦਾ ਟਾਈਮ ਦੇ, ਬਸ ਉਹਨੂੰ ਆਪਣੇ ਹਿਸਾਬ ਨਾਲ ਲੈਣ ਤੇ ਲੈ ਕੇ। ਚੱਲ ਚੰਗਾ ਬਾਈ, ਮੈਂ ਚੱਲਦਾ, ਕਰਦਾ ਇਹਦੇ ਨਾਲ ਗੱਲ ਜਾ ਕੇ। ਸ਼ਰਨ ਜੀ, ਮੁਬਾਰਕਾਂ ਹੋਣ, ਵਧਾਈਆਂ ਹੋਣ, ਹੁਣ ਤੁਸੀਂ ਸ਼ਰਨ ਤੋਂ ਸ਼ਰਨ ਸੁਪਰ ਸਟਾਰ ਬਣਨ ਲੱਗੇ। ਪੁੱਛੋ ਕਿਉਂ? ਕਿਉਂ ਸਰ? ਡਾਇਰੈਕਟਰ ਸਾਹਿਬ ਨੇ ਫਿਲਮ ਦੇ ਵਿੱਚ ਤੁਹਾਡਾ ਕਰੈਕਟਰ ਪੱਕਾ ਕਰਤਾ। ਸੱਚੀ ਸਰ? ਮੁੱਚੀ। ਥੈਂਕ ਯੂ ਸੋ ਮਚ ਸਰ। ਇਟਸ ਓਕੇ। ਅੱਛਾ, ਹੁਣ ਡਾਇਰੈਕਟਰ ਸਾਹਿਬ ਨੇ ਮੈਨੂੰ ਕੁਝ ਡਾਇਲੋਗ ਦਿੱਤੇ ਆ ਜਿਨ੍ਹਾਂ ਦੀ ਤੁਹਾਨੂੰ ਰਿਹਰਸਲ ਕਰਵਾਉਣੀ ਆ, ਤੇ ਹੁਣ ਤਾਂ ਮੈਂ ਜਾ ਰਿਹਾ ਸ਼ੂਟ ਤੇ, ਸਾਰਾ ਦਿਨ ਉੱਥੇ ਬਿਜ਼ੀ ਰਹੂੰਗਾ। ਤੁਸੀਂ ਐਵੇਂ ਕਰੋ, ਹਾਂ ਰਾਤ ਨੂੰ 9 ਵਜੇ ਮੇਰੇ ਆਫਿਸ ਆ ਜਾਓ। 9 ਵਜੇ ਸਰ? ਹਾਂ, ਕਿਉਂ ਕੋਈ ਮੁਸ਼ਕਿਲ ਆ? ਨਹੀਂ ਸਰ, ਮੈਂ ਆ ਜਾਊਂਗੀ। ਹਾਂ ਬਿਲਕੁਲ, ਫਿਰ ਕਰਦੇ ਆ ਰਿਹਰਸਲ। ਜੀ ਸਰ। ਹੁਣ ਤੁਸੀਂ ਜਾ ਸਕਦੇ। ਓਕੇ ਸਰ, ਥੈਂਕ ਯੂ। ਓਕੇ। ਸੌਰੀ ਸਰ, ਮੈਂ ਆਟੋ ਕਰਕੇ ਲੇਟ ਹੋ ਗਈ। ਕੋਈ ਗੱਲ ਨਹੀਂ ਸ਼ਰਨ, ਬੈਠੋ। ਨਾਲੇ ਲੇਟ ਆਉਣਾ ਤਾਂ ਸਟਾਰਡਮ ਦੀ ਪਹਿਲੀ ਨਿਸ਼ਾਨੀ ਆ। ਨਹੀਂ ਨਹੀਂ ਸਰ, ਇਦਾਂ ਦੀ ਕੋਈ ਗੱਲ ਨਹੀਂ ਆ। ਬਾਏ ਦਵੇ, ਚਾਹ ਪੀਓਗੇ, ਕਾਫੀ ਪੀਓਗੇ, ਜਾਂ ਫਿਰ ਉਹ ਸੁਪਰ ਸਟਾਰ ਵਾਲੀ ਗ੍ਰੀਨ ਟੀ ਮੰਗਵਾ ਦਈਏ? ਨਹੀਂ ਸਰ, ਨੋ ਥੈਂਕ ਯੂ। ਚਲੋ ਕੋਈ ਗੱਲ ਨਹੀਂ, ਆਪਾਂ ਐ ਕਰਦੇ ਆ ਫਿਰ, ਸਟਾਰਟ ਕਰੀਏ। ਹਾਂਜੀ। ਦੇਖੋ ਸ਼ਰਨ, ਤੁਹਾਡਾ ਫਿਲਮ ਦੇ ਵਿੱਚ ਬੋਲਡ ਕਰੈਕਟਰ ਆ, ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਰਿਐਕਸ਼ਨ ਤੋਂ ਸਟਾਰਟ ਕਰਾਂਗੇ। ਹਾਂਜੀ। ਤੁਹਾਡੀ ਸਿਚੁਏਸ਼ਨ, ਹਾਂ ਸਿਚੁਏਸ਼ਨ ਇਹ ਆ ਕਿ ਇਸ ਸਮੇਂ ਤੁਹਾਡਾ ਵੀਐਫ ਤੁਹਾਡੇ ਨਾਲ ਰੋਮਾਂਸ ਕਰ ਰਿਹਾ, ਉਸ ਸਮੇਂ ਤੁਹਾਡੇ ਰਿਐਕਸ਼ਨ ਕੀ ਹੋਣਗੇ? ਸ਼ਰਨ, ਥੋੜੀ ਜੀ ਫੀਲ ਦੀ ਘਾਟ ਆ, ਥੋੜੀ ਜੀ ਫੀਲ ਚਾਹੀਦੀ। ਮੈਂ ਕਰਕੇ ਦਿਖਾਉਂਦਾ, ਇੱਕ ਮਿੰਟ। ਸੌਰੀ ਟੂ ਸੇ ਸਰ, ਪਰ ਮੈਂ ਤੁਹਾਡਾ ਟੱਚ ਬਿਲਕੁਲ ਚੰਗਾ ਨਹੀਂ ਲੱਗਾ। ਟੱਚ? ਦੇਖੋ ਮੈਡਮ, ਮੈਂ ਤੁਹਾਡੇ ਨਾਲ ਸਿੱਧੀ ਤੇ ਸਪਸ਼ਟ ਗੱਲ ਕਰਦਾ, ਆ ਵੱਡੀਆਂ ਵੱਡੀਆਂ ਫਿਲਮਾਂ 'ਚ ਰੋਲ ਇੰਨੀ ਆਸਾਨੀ ਨਾਲ ਨਹੀਂ ਮਿਲ ਜਾਂਦੇ, ਸਾਰੀ ਜ਼ਿੰਦਗੀ ਲੱਗ ਜਾਂਦੀ ਆ ਬੰਦੇ ਦੀ ਸਟਰਗਲ ਕਰਦੇ ਹੋਏ। ਨਾਲੇ ਇਸ ਫਿਲਮ ਵਿੱਚ ਲੀਡ ਰੋਲ ਕਰਨਾ ਨਾ ਤਾਂ ਕੰਪਰੋਮਾਈਜ਼ ਕਰਨਾ ਪੈਣਾ ਡਾਇਰੈਕਟਰ ਨਾਲ। ਕੀ ਮਤਲਬ? ਮਤਲਬ ਮੈਡਮ, ਤੁਸੀਂ ਮੇਰਾ ਚੰਗੀ ਤਰ੍ਹਾਂ ਸਮਝਿਓ, ਇੱਥੇ ਕੋਈ ਸਰਕਾਰੀ ਨੌਕਰੀ ਦਾ ਫਾਰਮ ਭਰਨ ਨਹੀਂ ਆਏ ਕਿ ਫਾਰਮ ਭਰਿਆ, ਪੇਪਰ ਦਿੱਤਾ, ਨੌਕਰੀ ਮਿਲ ਗਈ। ਇੱਥੇ ਫਾਰਮ ਵੀ ਇਹੀ ਆ ਤੇ ਪੇਪਰ ਵੀ ਇਹੀ। ਨਾਲੇ ਆ ਆ ਆ ਮੈਗਜ਼ੀਨਾਂ 'ਚ ਫੋਟੋਆਂ ਇੰਨੀ ਆਸਾਨੀ ਨਾਲ ਨਹੀਂ ਲੱਗ ਜਾਂਦੀਆਂ, ਸਾਰੀ ਉਮਰ ਲੰਘ ਜਾਂਦੀ ਆ ਬੰਦੇ ਦੀ ਸਟਰਗਲ ਕਰਦੇ ਹੋਏ। ਨਾਲੇ ਯਾਰ ਸ਼ਰਨ, ਸਿਰਫ ਇੱਕ ਰਾਤ ਦੀ ਤਾਂ ਗੱਲ ਆ, ਫਿਰ ਸਾਰੀ ਜ਼ਿੰਦਗੀ ਸਟਾਰਡਮ ਸਟਾਰਡਮ ਸਟਾਰਡ। ਮੇਰੀਆਂ ਗੱਲਾਂ ਸ਼ਾਇਦ ਉਹਦੇ ਦਿਲ ਵਿੱਚ ਘਰ ਕਰ ਗਈਆਂ, ਤਾਂ ਉਹਨੇ ਡਾਇਰੈਕਟਰ ਨਾਲ ਰਾਤ ਬਿਤਾਉਣ ਲਈ ਹਾਂ ਕਰਤੀ। ਹਾਂਜੀ ਸ਼ਰਨ ਜੀ। ਸਰ ਤੁਸੀਂ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਅੱਛਾ, ਵੈਰੀ ਗੁੱਡ। ਲਓ ਫਿਰ ਤੁਸੀਂ ਆਪਣੀ ਡੈਬਿਊ ਮੂਵੀ ਲਈ ਤਿਆਰੀ ਕਰੋ, ਮਿਲਦੇ ਹਾਂ।
ਹੈਲੋ। ਹਾਂਜੀ ਸਰ, ਕੀ ਕਰ ਰਹੇ ਹੋ ਫਿਰ? ਬਸ ਸਟੂਡੀਓ 'ਚ ਵਰਕ ਕਰ ਰਿਹਾ ਸੀ ਯਾਰ। ਅੱਛਾ, ਤੁਹਾਨੂੰ ਕਿਹਾ ਸੀ ਨਾ ਸਿਰਫ ਇੱਕ ਦਿਨ ਦੇ ਦਿਓ, ਮੰਨ ਗਈ ਤੁਹਾਡੀ ਕਬੂਤਰੀ। ਅੱਛਾ, ਵੈਰੀ ਗੁੱਡ। ਕੀ ਕਰਨਾ ਫਿਰ? ਤੁਸੀਂ ਕੱਲ੍ਹ ਲਿਆਓ ਉਹਨੂੰ ਹਵੇਲੀ 'ਚ। ਅੱਛਾ, ਚਲੋ ਫਿਰ ਪਹੁੰਚ ਗਈ, ਸਮਝ ਲਓ। ਹੁਣ ਆਈ ਆ ਲੈਣ ਤੇ। ਗਿਆ ਪਰ ਜਦੋਂ ਉਸਨੂੰ ਸੱਚਾਈ ਦਾ ਪਤਾ ਲੱਗਿਆ ਤਾਂ ਅਗਲੇ ਦਿਨ। ਬੀਤੀ ਰਾਤ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਫਿਲਮ ਡਾਇਰੈਕਟਰ ਅਸ਼ੋਕ ਸ਼ਾਨ ਦਾ ਕਾਸਟਿੰਗ ਕਾਊਚ ਕੇਸ ਵਿੱਚ ਪੀੜਤ ਵੱਲੋਂ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਪੀੜਤ ਨੇ ਆਤਮ ਹੱਤਿਆ ਕਰਦਿਆਂ ਸੁਸਾਈਡ ਲੈਟਰ ਵਿੱਚ ਕਾਸਟਿੰਗ ਡਾਇਰੈਕਟਰ ਦੀਪਕ ਚੌਹਾਨ ਦਾ ਨਾਮ ਮੈਂਸ਼ਨ ਕਰਦਿਆਂ ਲਿਖਿਆ ਕਿ ਉਸਨੂੰ ਫਿਲਮ ਵਿੱਚ ਰੋਲ ਦੇਣ ਦਾ ਝਾਂਸਾ ਦੇ ਕੇ ਡਾਇਰੈਕਟਰ ਨਾਲ ਰਾਤ ਬਿਤਾਉਣ ਲਈ ਮਜਬੂਰ ਕੀਤਾ ਗਿਆ ਸੀ। ਪਰ ਅਸਲ ਵਿੱਚ ਇਹ ਸਭ ਇੱਕ ਚਾਲ ਨਿਕਲੀ ਕਿਉਂਕਿ ਅਸ਼ੋਕ ਸ਼ਾਨ ਦੀ ਫਿਲਮ ਦੀ ਕਾਸਟਿੰਗ ਤਾਂ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ। ਪੁਲਿਸ ਨੇ ਦੀਪਕ ਚੌਹਾਨ ਨੂੰ ਅਰੈਸਟ ਕਰਦਿਆਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰੀ ਅਪਡੇਟ ਲਈ ਬਣੇ ਰਹੋ ਸਾਡੇ ਨਾਲ।